ਕਟੜੇ ਇਮਾਨਦਾਰ ਹੋਣ ਦਾ ਜਿਹੜਾ ਤਗਮਾ ਲੋਕਾਂ ਨੇ ਨਹੀਂ ਦਿੱਤਾ, ਕਟੜੇ ਇਮਾਨਦਾਰੀ ਵਾਲਾ ਤਗਮਾ ਤੇ ਖੁਦ ਇਹਨਾਂ ਨੇ ਆਪਣੇ ਆਪ ਨੂੰ ਉਹਦੇ ਨਾਲ ਨਵਾਜਿਆ ਹੋਇਆ ਹੈ। ਭਗਵੰਤ ਮਾਨ ਜੀ ਨੇ ਵੀ ਆਪਣੇ ਆਪ ਨੂੰ ਨਵਾਜ ਰੱਖਿਆ ਹੈ, ਚਾਹੇ ਕੇਜਰੀਵਾਲ ਸਾਹਿਬ ਨੇ ਵੀ ਆਪਣਾ ਨਵਾਜ ਰੱਖਿਆ। ਪਰ ਅਗਰ ਕਟੜੇ ਇਮਾਨਦਾਰ ਸੀਗੇ ਤਾਂ ਵਿਜੇਂਦਰ ਜੈਨ ਜੀ ਕਿੰਨਾ ਸਮਾਂ ਹੋ ਗਿਆ ਸਰ, ਡੇਢ ਸਾਲ ਹੋ ਗਿਆ ਜੇਲ ਚ ਬੈਠੇ, ਸੁਪਰੀਮ ਕੋਰਟ ਤੇ ਜਾਏ ਬੇਲ ਨਹੀਂ ਮਿਲ ਰਹੀ ਸਰ। ਡਿਪਟੀ ਚੀਫ ਮਿਨਿਸਟਰ ਸਿਸੋਦੀਆ ਜੀ ਕਿੰਨਾ ਸਮਾਂ ਹੋ ਗਿਆ, ਸਾਲ ਤਾਂ ਮੇਰੇ ਖਿਆਲ ਉਹਨਾਂ ਨੂੰ ਵੀ ਹੋ ਗਿਆ ਜੇਲ ਚ ਬੈਠੇ। ਕਟੜੇ ਇਮਾਨਦਾਰ ਹੋਣ ਦਾ ਜਿਹੜਾ ਤਗਮਾ ਲੋਕਾਂ ਨੇ ਨਹੀਂ ਦਿੱਤਾ, ਕਟੜੇ ਇਮਾਨਦਾਰੀ ਵਾਲਾ ਤਗਮਾ ਤੇ ਖੁਦ ਇਹਨਾਂ ਨੇ ਆਪਣੇ ਆਪ ਨੂੰ ਉਹਦੇ ਨਾਲ ਨਵਾਜਿਆ ਹੋਇਆ ਹੈ। ਭਗਵੰਤ ਮਾਨ ਜੀ ਨੇ ਵੀ ਆਪਣੇ ਆਪ ਨੂੰ ਨਵਾਜ ਰੱਖਿਆ ਹੈ, ਚਾਹੇ ਕੇਜਰੀਵਾਲ ਸਾਹਿਬ ਨੇ ਵੀ ਆਪਣਾ ਨਵਾਜ ਰੱਖਿਆ, ਪੂਰੀ ਪਾਰਟੀ ਨੂੰ ਜੋ ਕੁਛ ਇੱਥੇ ਆ ਜੇ ਉਹ ਸਾਰੇ ਕਟੜੇ ਇਮਾਨਦਾਰ ਹੋ ਜਾਂਦੇ ਆ। ਪਰ ਅਗਰ ਕਟੜੇ ਇਮਾਨਦਾਰ ਸੀਗੇ ਤਾਂ ਵਿਜੇਂਦਰ ਜੈਨ ਜੀ ਕਿੰਨਾ ਸਮਾਂ ਹੋ ਗਿਆ ਸਰ, ਡੇਢ ਸਾਲ ਹੋ ਗਿਆ ਜੇਲ੍ਹ 'ਚ ਬੈਠੇ, ਸੁਪਰੀਮ ਕੋਰਟ ਤੇ ਜਾਏ ਬੇਲ ਨਹੀਂ ਮਿਲ ਰਹੀ ਸਰ। ਡਿਪਟੀ ਚੀਫ ਮਿਨਿਸਟਰ ਸਿਸੋਦੀਆ ਜੀ ਕਿੰਨਾ ਸਮਾਂ ਹੋ ਗਿਆ, ਸਾਲ ਤਾਂ ਮੇਰੇ ਖਿਆਲ ਉਹਨਾਂ ਨੂੰ ਵੀ ਹੋ ਗਿਆ ਜੇਲ੍ਹ 'ਚ ਬੈਠੇ। ਉਹਨਾਂ ਦੇ ਵਾਰ ਵਾਰ ਜੇ ਬੇਲ ਲੈਣ ਜਾਂਦੇ ਪਰ ਸਰਕਾਰ ਕਹਿ ਦਿੰਦੀ ਹੈ ਵੀ ਨਹੀਂ, ਬੜੇ ਪੁਖਤਾ ਸਬੂਤ ਹੈ। ਉਸੇ ਬਿਨਾਂ ਦੇ ਉੱਤੇ ਹੁਣ ਕੇਜਰੀਵਾਲ ਸਾਹਿਬ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਅਤੇ ਮੈਂ ਸਮਝਦਾ ਉਹ ਵੀ 6-7 ਦਿਨ ਦਾ ਰਿਮਾਂਡ ਦਿੱਤਾ ਹੈ। ਉਹਦੇ ਬਾਅਦ ਅਜੇ CBI ਵੀ ਪਈ ਹੈ, ਮੈਂ ਚਰਚਾ ਸੁਣੀ ਉਹਦੇ ਬਾਅਦ CBI ਵਾਲੇ ਵੀ ਰਿਮਾਂਡ 'ਤੇ ਲੈ ਕੇ ਜਾਣਗੇ। ਅਤੇ ਆਹ ਤਾਂ ਹੁਣ ਮੈਨੂੰ ਲੱਗਦਾ ਵੀ ਕਟੜ ਇਮਾਨਦਾਰੀ ਵਾਲੀ ਜਿਹੜੀ ਪਰਤਾਂ ਸਾਰੀਆਂ ਖੁੱਲ੍ਹਣਗੀਆਂ, ਕਿਉਂਕਿ ਕਟੜ ਇਮਾਨਦਾਰੀ ਦੇ ਇਹ ਤਾਂ ਆਪਣੇ ਆਪ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਵੀ ਨੁਮਾਇੰਦਗੀ ਉਹਨਾਂ ਦੀ ਕਰੀ ਜਾਂਦੇ ਸਭ। ਅੱਜ ਦੇ ਦਿਨ ਜਦੋਂ ਸਾਰਾ ਹਿੰਦੁਸਤਾਨ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਾ, ਇਹ ਲੋਕ ਉਹਨਾਂ ਦਾ ਵੇਚ ਕੇ ਲੋਕਾਂ ਦੀ ਅੱਖਾਂ 'ਚ ਘੱਟਾ ਪਾਈ ਜਾ ਰਹੇ ਸਰ। ਧੋਖਾ ਦੇਖੋ, ਇਹ ਜਿਹੜੇ ਕਹਿ ਰਹੇ ਸਾਡੇ ਨਾਲ ਧੋਖਾ ਹੋਇਆ, ਧੱਕਾ ਹੋਇਆ, ਧੱਕਾ ਹੋਇਆ ਸਭ ਤੋਂ ਪਹਿਲਾਂ ਤਾਂ ਅੰਨਾ ਹਜ਼ਾਰੇ ਜੀ ਦੇ ਨਾਲ, ਮੈਂ ਮੰਨਦਾ ਧੱਕਾ ਹੋਇਆ ਪਰ ਧੱਕਾ ਹੋਇਆ ਅੰਨਾ ਹਜ਼ਾਰੇ ਜੀ ਦੇ ਨਾਲ, ਉਹਦੇ ਬਾਅਦ ਧੱਕਾ ਹੋਇਆ ਪ੍ਰਸ਼ਾਂਤ ਭੂਸ਼ਣ ਅਤੇ ਜਿਹੜੇ ਯੋਗਿੰਦਰ ਯਾਦਵ ਅਤੇ ਜਿਹੜੇ ਇਹਨਾਂ ਦੇ ਬਾਕੀ ਸਾਥੀ ਉਹਨਾਂ ਨਾਲ, ਫਿਰ ਧੱਕਾ ਹੋਇਆ ਦਿੱਲੀ ਦੇ ਲੋਕਾਂ ਦੇ ਨਾਲ, ਅਤੇ ਹੁਣ ਜਿਹੜਾ ਧੱਕਾ ਹੈ ਧੋਖਾ ਹੈ ਪੰਜਾਬ ਦੇ ਲੋਕਾਂ ਦੇ ਨਾਲ ਆ ਹੋ ਰਿਹਾ। ਪਹਿਲਾਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਆ, ਤੇ ਤੁਸੀਂ ਅੱਜ ਪੰਜਾਬ ਦੇ ਚੋਣ ਕਮਿਸ਼ਨ ਨੂੰ ਮਿਲ ਕੇ ਆਏ ਹੋ, ਤੁਸੀਂ ਪੰਜਾਬ ਦੇ ਆਗੂਆਂ ਵਾਲੇ ਪਾਸੇ ਨੂੰ ਵੀ ਇਸ਼ਾਰਾ ਕਰ ਰਹੇ ਹੋ? ਇਸ਼ਾਰਾ ਮੈਂ ਨਹੀਂ ਕਰ ਰਿਹਾ ਸਾਹਿਬ, ਫੈਕਟਸ ਕਰ ਰਹੇ, ਜਿਹੜੇ ਤੱਥ ਹੈ ਉਹ ਬੋਲਦੇ, ਸੁਨੀਲ ਜਾਖੜ ਨਹੀਂ ਬੋਲਦਾ। ਮੈਂ ਐਵੇਂ ਨਹੀਂ ਕਿਸੇ ਤੇ ਲਾਂਛਨ ਜਾਂ ਛਿੰਟਾਕਸ਼ੀ ਕਰਦਾ, ਮੇਰੇ ਤਾਂ ਹਰਪਾਲ ਚੀਮਾ ਜੀ ਦਾ ਬੜਾ ਰਿਗਾਰਡ ਹੈ। ਪਰ ਜਦੋਂ ਹਰਪਾਲ ਚੀਮਾ ਜੀ ਬੋਲਦੇ ਆ ਵੀ ਸਾਡੀ ਪੋਲਿਸੀ ਬਹੁਤ ਬਿਹਤਰ ਹੈ ਸਾਹਿਬ, ਸਿੰਪਲ ਜਿਹਾ ਨਰਪਿੰਦਰ ਜੀ ਮੈਨੂੰ ਦੱਸ ਦਿਓ, ਪੁਰਾਣੀ ਕਹਾਵਤ ਹੈ, ਨਿਚੋੜ ਕੱਢ ਦਿੰਦੇ ਆ ਸਾਰੀ ਅਕਿਊਮੁਲੇਟਡ ਨੌਲੇਜ ਜਿਹਨੂੰ ਕਹਿੰਦੇ ਆ, ਜਿਹੜੀ ਕਹਾਵਤਾਂ ਬਣਦੀਆਂ ਆਪਣੀਆਂ, ਉਹ ਐਵੇਂ ਨਹੀਂ ਬਣਦੀਆਂ ਵੀ ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ। ਵੀ ਜੇ ਆਹ ਜਿਹੜੀ ਦਿੱਲੀ ਪੋਲਿਸੀ ਦੇ ਵਿੱਚ ਉੱਥੇ ਦੇ ਕੇਜਰੀਵਾਲ ਸਾਹਿਬ ਪਕੜੇ ਜਾ ਸਕਦੇ ਹੈ, ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਪਕੜੇ ਜਾ ਸਕਦੇ ਹੈ, ਸਾਲ ਸਾਲ ਤੋਂ ਅੰਦਰ ਜੇਲ੍ਹ 'ਚ ਬੈਠੇ ਹੈ, ਕੋਈ ਜ਼ਮਾਨਤ ਦਾ ਕੋਈ ਵਿਉਂਤ ਨਹੀਂ ਬਣਦਾ, ਅਤੇ ਇਹ ਫਿਰ ਕਿਵੇਂ ਬਚ ਜਾਣਗੇ ਸਾਹਿਬ? ਅਤੇ ਇੱਥੇ ਦਾ ਕੀ ਲਿੰਕ ਕੀ ਹੈ ਉਹ ਤੁਸੀਂ ਮੈਨੂੰ ਪੁੱਛੋ ਵੀ ਕਿਉਂ? ਉਹ ਤਾਂ ਦਿੱਲੀ 'ਚ ਹੋਇਆ, ਕੇਜਰੀਵਾਲ ਸਾਹਿਬ ਨੇ ਕੀਤਾ, ਅਗਰ ਠੱਗੀ ਉੱਥੇ ਹੋਈ ਹੈ ਤਾਂ ਮਤਲਬ ਪੰਜਾਬ 'ਚ ਤਾਂ ਕਿਉਂ? ਉਹਦਾ ਵੀ ਸਵਾਲ ਲੋਕ ਪੁੱਛਣਗੇ। 30 ਮਈ 2022 ਨੂੰ ਸਿਸੋਦੀਆ ਜੀ ਜਿਹੜੇ ਡਿਪਟੀ ਚੀਫ ਮਿਨਿਸਟਰ ਦਿੱਲੀ ਦੇ ਆ, ਹੁਣ ਜੇਲ੍ਹ 'ਚ ਬੈਠੇ ਹੈ, ਉਹਨਾਂ ਦੇ ਘਰੇ ਮੀਟਿੰਗ ਹੋਈ। ਉਹਦੇ ਵਿੱਚ ਸਾਡੇ ਐਕਸਾਈਜ਼ ਮਿਨਿਸਟਰ ਜਿਹੜੇ ਫਾਈਨਾਂਸ ਮਿਨਿਸਟਰ ਹਰਪਾਲ ਚੀਮਾ ਜੀ ਉੱਥੇ ਗਏ, ਉਹਦੇ ਨਾਲ ਸਾਡੇ ਉਦੋਂ ਦੇ ਸੁਪਰ ਚੀਫ ਮਿਨਿਸਟਰ ਰਾਘਵ ਚੱਡਾ ਜੀ, ਸਾਡੇ ਐਕਸਾਈਜ਼ ਕਮਿਸ਼ਨਰ ਜਿਹੜੇ ਸੀਗੇ, ਚਾਹੇ ਆਪਣੇ ਕੈਪ ਸਿੰਨਾ ਜੀ, ਵਰੁਣ ਰੁੰਜਮ, ਉਹ ਉੱਥੇ ਸੀਗੇ ਜੀ। ਉੱਥੇ ਆਹ ਜਿਹੜੀ ਪੋਲਿਸੀ ਹੈ ਦਿੱਲੀ ਵਾਲਾ ਮਾਡਲ, ਇਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਫੋਰਸ ਕੀਤਾ ਗਿਆ, ਅਤੇ ਭਗਵੰਤ ਮਾਨ ਇਹਨਾਂ ਨੂੰ ਆਰਡਰ ਦਿੱਤੇ ਗਏ ਵੀ ਜਾ ਕੇ ਇੰਪਲੀਮੈਂਟ ਕਰੋ। ਉਹਨਾਂ ਨੂੰ ਜਿਹੜੇ ਆਫਿਸਰ ਸੀਗੇ ਉਹਨਾਂ ਨੇ ਇਸ ਗੱਲ ਨੂੰ ਓਬਜੈਕਟ ਵੀ ਕੀਤਾ ਵੀ ਇਹ ਗਲਤ ਹੈ ਪੋਲਿਸੀ, ਪਰ ਉਹਨੂੰ ਓਵਰ ਰੂਲ ਕਰਕੇ, ਕਿਉਂਕਿ ਉਦੋਂ ਤਾਂ ਕੇਜਰੀਵਾਲ ਸਾਹਿਬ ਦੀ ਤੂਤੀ ਵੱਜਦੀ ਸੀਗੀ,
ਭਗਵੰਤ ਮਾਨ ਜੀ ਤੇ ਸਾਰੇ ਸੁਪਰ ਚੀਫ ਮਿਨਿਸਟਰ ਤਾਂ ਬੈਠੇ ਸੀ। ਭਗਵੰਤ ਮਾਨ ਜੀ ਤਾਂ ਹੁਣ ਪਰਸੋਂ ਚੀਫ ਮਿਨਿਸਟਰ ਬਣੇ ਪੰਜਾਬ ਦੇ, ਅੱਜ ਤਾਈਂ ਤਾਂ ਚੌਧਰ ਉੱਥੇ ਸੀਗੀ, ਇਸੇ ਕਰਕੇ ਜਸ਼ਨ ਮਨਾਏ ਜਾ ਰਹੇ ਸੀ ਉਹਨਾਂ ਦੇ ਘਰੇ। ਸੋ ਇਸ ਕਰਕੇ ਆਹ ਜਿਹੜਾ ਹੁਣ ਕਾਰਵਾਈ ਹੋਣੀ ਹੈ, ਆਹ ਪੰਜਾਬ ਦੀ ਵੀ ਕਾਰਵਾਈ ਡਿਊ ਹੈ, ਇਸ ਕਰਕੇ ਅਸੀਂ ਚੋਣ ਕਮਿਸ਼ਨ ਨੂੰ ਇਸ਼ਾਰਾ ਦੇ ਰਹੇ ਹੋ ਕਿ ਕਾਰਵਾਈ ਦੀ ਕਿਤੇ ਨਾ ਕਿਤੇ ਤੁਹਾਨੂੰ ਸੰਕੇਤ ਮਿਲਿਆ ਕਿਤੇ? ਸੰਕੇਤ ਨਹੀਂ ਸਾਹਿਬ, ਬਸ ਤਾਂ ਆਪਦੇ ਪਾਲੇ ਨੂੰ ਕਰੀ ਜਾਂਦੇ ਵੀ ਇੱਕ ਪਾਸੇ ਜਿਹੜੇ ਕਹਿੰਦੇ ਲੋਕਤੰਤਰ ਦੇ ਰਖਵਾਲੇ ਬਣੇ ਬੈਠੇ ਹੈ ਵੀ ਫਰੀ ਐਂਡ ਫੇਅਰ ਇਲੈਕਸ਼ਨ ਹੋਣ। ਆਹ ਜਿਹੜਾ ਹਜ਼ਾਰਾਂ ਕਰੋੜ ਰੁਪਇਆ ਲੁੱਟਿਆ ਆਮ ਆਦਮੀ ਪਾਰਟੀ ਨੇ, ਜਿਹੜੇ ਕਹਿੰਦੇ ਸੀ 40,000 ਕਰੋੜ ਰੁਪਇਆ ਇੱਥੋਂ ਖਾਈ ਜਾਂਦੇ ਹੈ, 40,000 ਕਰੋੜ ਰੁਪਇਆ ਹੁਣ ਵੀ ਖਾਇਆ ਗਿਆ, ਪਰ ਉਹ ਪੈਸਾ ਪੰਜਾਬ ਦੇ ਖਜ਼ਾਨੇ 'ਚ ਨਹੀਂ ਆਇਆ, ਉਹ ਖਜ਼ਾਨੇ 'ਚ ਗਿਆ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਖਜ਼ਾਨੇ 'ਚ ਗਿਆ। ਤੁਸੀਂ ਤਾਂ ਲਗਾਤਾਰ ਸਵਾਲ ਚੁੱਕ ਰਹੇ ਹੋ, ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਉਹ ਇੰਨੇ ਕੁ ਇਮਾਨਦਾਰ ਨੇ, ਸਾਨੂੰ ਪੂਰਾ ਯਕੀਨ ਹੈ, ਔਰ ਉਹ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ ਔਰ ਉਹ ਅਸਤੀਫਾ ਨਹੀਂ ਦੇਣਗੇ। ਦੇਖੋ, ਤਿਹਾੜ ਜੇਲ੍ਹ 'ਚੋਂ ਤਾਂ ਸਰਕਾਰ ਚੱਲ ਨਹੀਂ ਸਕਦੀ, ਜਿੰਨਾ ਕੁ ਮੈਨੂੰ ਪਤਾ ਵੀ ਤਿਹਾੜ ਜੇਲ੍ਹ ਦੇ ਅੰਦਰੋਂ ਤਾਂ ਬਹੁਤ ਹੀ ਮੁਸ਼ਕਿਲ ਹੈ, ਹੋ ਸਕਦਾ ਉੱਥੋਂ ਕੋਈ ਮਾੜੀ ਮੋਟੀ ਠੱਗੀਆਂ ਚੱਲਦੀਆਂ ਹੋਣ, ਪਰ ਜੇ ਜਦੋਂ ਇਹਨਾਂ ਦੀ ਆਪਦੀ ਸਰਕਾਰ ਹੈ ਇੱਥੇ ਅਤੇ ਪੋਲਿਸੀ ਵੀ ਉਹੀ ਹੈ। ਦੇਖੋ, ਐਕਸਾਈਜ਼ ਪੋਲਿਸੀ ਉਸੇ ਦਾ ਰੌਲਾ ਉੱਥੇ ਪਿਆ ਖੜਾ, ਇਹਦਾ ਰੌਲਾ ਇੱਥੇ ਪਿਆ ਖੜਾ, ਅਤੇ ਉਸੇ ਪੋਲਿਸੀ ਦੀ ਘੋਖ ਕਰਨ ਵਾਸਤੇ ਜੇ ਪੰਜਾਬ ਪੁਲਿਸ ਉਹਨਾਂ ਨੂੰ ਉੱਥੇ ਲਿਆਵੇ, ਡਿਮਾਂਡ ਵਰੰਟ 'ਤੇ ਲਿਆਵੇ ਕੇਜਰੀਵਾਲ ਸਾਹਿਬ ਨੂੰ, ਸਿਸੋਦੀਆ ਜੀ ਨੂੰ ਅਤੇ ਵਿਜੇਂਦਰ ਜੈਨ ਨੂੰ, 7 ਤਾਂ ਟੋਟਲ ਮੈਂਬਰ ਹੀ ਹੈ ਦਿੱਲੀ ਦੇ ਅੰਦਰ, 7 ਹੀ ਮਿਨਿਸਟਰ ਹੈ ਸਣੇ ਚੀਫ ਮਿਨਿਸਟਰ, 3 ਤਾਂ ਆ ਹੀ ਹੋ ਗਏ, 1 ਦਾ ਕੋਈ ਹੋਰ ਲਪੇਟ 'ਚ ਆ ਜੂਗਾ ਅਤੇ ਪੂਰੀ ਕੈਬਨਿਟ ਮੀਟਿੰਗ ਇੱਥੇ ਜੇਲ੍ਹ 'ਚ ਕਰ ਲੈਣਗੇ, ਕਿਉਂਕਿ ਪੰਜਾਬ ਦੀ ਜੇਲ੍ਹਾਂ ਬੜੀ ਮਸ਼ਹੂਰ ਹੈ ਸਭ, ਪੰਜਾਬ ਦੀ ਮਤਲਬ 5-star ਜੇਲ੍ਹ ਹੈਗੀਆਂ ਜਿੱਥੋਂ ਵੀਡੀਓ ਕਾਨਫਰੰਸਿੰਗ ਵੀ, ਸਰਕਾਰਾਂ ਹੁਣ ਵੀਡੀਓ ਕਾਨਫਰੰਸਿੰਗ ਨਾਲ ਚੱਲੀਆਂ ਹੀ ਨਾ, ਜਦੋਂ ਕੋਰੋਨਾ ਵਾਲੇ ਟਾਈਮ ਵੀਡੀਓ ਕਾਨਫਰੰਸਿੰਗ 'ਤੇ ਸਾਰਾ ਮੁਲਕ ਚੱਲੀ ਜਾਂਦਾ ਸੀ, ਦਿੱਲੀ ਸਰਕਾਰ ਵੀ ਇੱਥੋਂ ਚੱਲ ਜੂਗੀ। ਇੱਥੇ ਤਾਂ ਦੇਖੋ ਜੇਲ੍ਹਾਂ ਦੇ ਅੰਦਰੋਂ ਡਰੱਗ ਦਾ ਧੰਦਾ ਚੱਲ ਰਿਹਾ, ਪ੍ਰੈਸ ਕਾਨਫਰੰਸਿਸ ਹੋ ਰਹੀਆਂ ਗੈਂਗਸਟਰਸ ਦੀਆਂ ਅੰਦਰ ਬੈਠ ਕੇ, 1 ਨਹੀਂ 2-2, 3-3 ਕਾਨਫਰੰਸਿਸ ਰੋਜ਼ ਉੱਥੋਂ ਵੀਡੀਓ ਰਿਲੀਜ਼ ਹੋ ਰਹੀਆਂ, ਜਸ਼ਨ ਮਨਾਏ ਜਾ ਰਹੇ, ਕਿਸੇ ਦਾ ਬਰਥਡੇ ਮਨਾਇਆ ਜਾ ਰਿਹਾ ਗੈਂਗਸਟਰ ਦਾ ਕਿਸੇ ਦਾ, ਇਹ ਤਾਂ ਫਿਰ ਵੀ ਬੜੇ ਕੱਟਰ ਇਮਾਨਦਾਰ ਜਿਹੜੇ ਮੁੱਖ ਮੰਤਰੀ ਹੋਣਗੇ, ਇਹਨਾਂ ਨੂੰ ਤਾਂ ਸਾਰੀ ਸੁਵਿਧਾਵਾਂ ਸਰਕਾਰ ਵੀ ਆਪਣੀ ਹੈ, ਜੇ ਕੁਤਵਾਲ ਤੋਂ ਫਿਰ ਡਰਕਾਏਗਾ ਫਿਰ ਤਾਂ ਸਰਕਾਰ ਹੀ ਹੈ ਦਿੱਲੀ ਦੇ ਅੰਦਰ ਤਿਆਰ। ਇਸ ਕਰਕੇ ਨਹੀਂ ਤਿਆਰ ਦੀ ਜਿਹੜੀ ਮੈਨੇਜਮੈਂਟ ਹੈ ਮੈਨੂੰ ਨਹੀਂ ਪਤਾ, ਮੈਂ ਜੇਲ੍ਹਾਂ ਤਾਂ ਇਹਨਾਂ ਕੋਲ ਹੈਗੀਆਂ, ਸ਼ਾਇਦ ਉੱਥੇ ਵੀ ਕੰਮ ਚੱਲ ਜੇ, ਪਰ ਉੱਥੇ ਹੋਮ ਮਿਨਿਸਟਰੀ ਨਾਲ ਬੈਠੀ ਹੈ ਨਿਗਾਹ 'ਚ, ਇੱਥੇ ਤਾਂ ਸਾਰਾ ਕੁਛ ਪਹਿਲਾਂ ਹੁੰਦਾ ਰਿਹਾ ਅਤੇ ਹੁਣ ਹੋਜੂਗਾ, ਇੱਥੇ ਆ ਜਾਣ ਸਾਰੇ, ਕੈਬਨਿਟ ਮੀਟਿੰਗ ਵੀ ਇੱਥੇ ਹੋਜੂਗੀ ਅਤੇ ਇੱਥੋਂ ਚਲਾਉਂਦੇ ਰਹਿਣਗੇ, ਨਾਲ ਭਗਵੰਤ ਮਾਨ ਜੀ ਅਹਿਸਾਨ ਉਤਾਰ ਦੇਣਗੇ ਕੇਜਰੀਵਾਲ ਸਾਹਿਬ ਦਾ ਵੀ ਮੈਨੂੰ ਮੁੱਖ ਮੰਤਰੀ ਬਣਾਇਆ ਲਈ ਕਿੰਨੇ ਕੁ ਦਿਨ ਹੁਣ, ਕਿਉਂਕਿ 1.5 ਸਾਲ ਤੋਂ ਘੱਟ ਮੈਨੂੰ ਲੱਗਦਾ ਖੇੜਾ ਛੁੱਟਦਾ ਨਹੀਂ। ਚੱਕਰ ਸਾਹਿਬ, ਤੁਸੀਂ ਜੇਲ੍ਹਾਂ ਦੇ ਵਿੱਚ 5-star ਫੈਸਿਲਿਟੀ ਦਾ ਸਵਾਲ ਚੁੱਕ ਰਹੇ ਹੋ, ਪਿਛਲੀ ਸਰਕਾਰ ਸੀ ਜਦੋਂ, ਉਦੋਂ ਤੁਹਾਡੀ ਸਰਕਾਰ ਸੀ ਜਦੋਂ ਕਾਂਗਰਸ ਦੀ, ਉਹ 'ਤੇ ਵੀ ਸਵਾਲ ਚੁੱਕੇ ਗਏ ਮੁਖਤਾਰ ਅੰਸਾਰੀ ਨੂੰ ਲੈ ਕੇ, ਇਹ ਤਾਂ ਬਦਲਾਵ ਲੈ ਕੇ ਆਏ ਸੀ ਨਾ, ਫਿਰ ਬਦਲਾਵ ਕਿੱਥੇ ਹੋਇਆ? ਇਸੇ ਕਰਕੇ ਕਹਿ ਰਿਹਾ ਵੀ ਉਦੋਂ ਵੀ ਇੱਕ ਯੂਪੀ ਤੋਂ ਲੈ ਕੇ ਆਏ ਸੀ, ਇਸੇ ਤਰ੍ਹਾਂ ਵਰੰਟ 'ਤੇ ਲੈ ਕੇ ਆਏ ਸੀਗੇ ਵੀ ਇੱਥੇ ਲੋੜ ਹੈ, ਅਤੇ ਇਹਨਾਂ ਨੂੰ ਵੀ ਲੈ ਆਉਣ, ਉਹਦਾ ਵੀ ਕੋਈ ਪਤਾ ਨਹੀਂ ਲਿੰਕ ਸੀਗਾ ਕਿ ਨਹੀਂ ਗਾ, ਇਹਨਾਂ ਦਾ ਤਾਂ ਡਾਇਰੈਕਟ ਲਿੰਕ ਹੈ, ਆਹੀ ਪੋਲਿਸੀ ਦਿੱਲੀ ਦੀ ਲੀਕਰ ਪੋਲਿਸੀ ਆਈ, ਉਹਦੀ ਰਿਪਲੀਕੇਟ ਕਰਕੇ ਇਹਨਾਂ ਨੇ ਪੰਜਾਬ 'ਚ ਲਾਤੀ, ਤਾਂ ਡਾਇਰੈਕਟ ਤਿੰਨੋਂ ਆ ਸਕਦੇ ਹੈ, ਇੱਕ ਤਾਂ ਹੋਰ ਬੁਲੇਟੇ 'ਚ ਆ ਜੂਗਾ, ਸਵੇਰੇ ਪਤਾ ਲੱਗਦਾ ਵੀ ED ਸਾਹਿਬ ਨੇ ED ਨੇ ਇੱਕ ਹੋਰ ਬੁਲਾ ਲਿਆ ਕੋਈ ਨਾ ਕੋਈ ਮੰਤਰੀ ਸਾਹਿਬ, ਪੂਰੀ ਦੀ ਪੂਰੀ ਕੋਰਮ ਇੱਥੇ ਪੂਰਾ ਹੋਜੂਗਾ, ਇੱਥੋਂ ਸਰਕਾਰ ਚਲਾਉਣ, ਚਾਹੇ ਰੋਪੜ ਵਾਲੇ 'ਚ ਬਹਿ ਜਾਣ, ਚਾਹੇ ਫਿਰੋਜ਼ਪੁਰ ਵਾਲੇ 'ਚ, ਬਠਿੰਡਾ ਬੜੀ ਮਸ਼ਹੂਰ ਹੈ ਜੇਲ੍ਹ, ਮੇਰੇ ਖਿਆਲ ਉੱਥੇ ਹੋਇਆ ਸੀਗਾ ਵੀਡੀਓ ਕਾਨਫਰੰਸਿੰਗ ਜਾਂ ਜਿਹੜੀ ਇੰਟਰਵਿਊ ਹੋਈ ਸੀਗੀ, ਕਿਤੇ ਬੈਠ ਕੇ ਕਰ ਲੈਣ ਸਾਹਿਬ। 13-0 ਦੀ ਭਗਵੰਤ ਮਾਨ ਹੋਣੀ ਦਾਅਵਾ ਕਰਦੇ ਨੇ, ਔਰ ਹੁਣ ਉਹ ਕਹਿੰਦੇ ਨੇ ਕਿ ਲੋਕ ਹੋਰ ਸਾਡੇ ਨਾਲ ਜੁੜਨਗੇ, ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ, ਜਿਸ ਤਰ੍ਹਾਂ ਧੱਕੇਸ਼ਾਹੀ ਦਾ ਉਹ ਸਵਾਲ ਇਲਜ਼ਾਮ ਲਾਉਂਦੇ ਨੇ,
ਤੇ 13-0 ਕਹਿੰਦੇ ਕਿ ਆਮ ਆਦਮੀ ਪਾਰਟੀ ਬੜੀ ਮਜ਼ਬੂਤ ਹੈ। ਦੇਖੋ ਉਹ ਤਾਂ ਲੋਕਾਂ ਨੇ ਫੈਸਲਾ ਕਰਨਾ ਕਿੰਨੀਆਂ ਆਉਣਗੀਆਂ, ਪਰ ਜਿਹੜੇ ਇਸ ਗ੍ਰਿਫਤਾਰੀ ਨੂੰ ਸ਼ਹਾਦਤ ਦਾ ਰੂਪ ਦੇਣਾ ਚਾਹੁੰਦੇ ਸਭ, ਮੈਂ ਅੱਜ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਉਹਦੇ 'ਤੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਰਸਨਲ ਬੇਨਤੀ ਕਰਕੇ ਆਇਆ ਵੀ ਜੇ ਕਿਤੇ ਰੋਕ ਸਕਦੇ ਹੋ ਇਨਕਲਾਬ ਜ਼ਿੰਦਾਬਾਦ ਵਾਲਾ ਨਾਰਾ ਬੰਦ ਕਰਾਓ ਇਹਨਾਂ ਤੋਂ, ਇਹ ਜਿਹੜੇ ਠੱਗ ਇੱਥੇ ਤੁਰੇ ਫਿਰਦੇ ਆ ਇਹਨਾਂ ਤੋਂ ਬੰਦ ਕਰਵਾਓ। ਪਰ ਇਲੈਕਸ਼ਨ ਦੇ ਮਾਹੌਲ 'ਚ ਅਸੀਂ ਜਾ ਕੇ ਲੋਕਾਂ ਨੂੰ ਕਹਾਂਗੇ ਵੀ ਸੱਚੀ ਸ਼ਰਧਾਂਜਲੀ ਉਹਨਾਂ ਸ਼ਹੀਦਾਂ ਨੂੰ ਉਦੋਂ ਹੀ ਹੋਊਗੀ ਜਦੋਂ ਆਪਾਂ ਇਹਨਾਂ ਬਹਿਰੂਪੀਆਂ ਨੂੰ ਵੀ ਸ਼ੁੱਡ ਹੋਲਡ ਦੈਮ ਅਕਾਊਂਟੇਬਲ ਵੀ ਆ ਤੁਸੀਂ ਇਸ ਕਿਸਮ ਦਾ। ਮੇਰਾ ਮੰਨਣਾ ਵੀ ਆਹ ਜਿਹੜਾ ਸ਼ਹੀਦਾਂ ਦਾ ਅਪਮਾਨ ਹੈ ਜਿਸ ਤਰ੍ਹਾਂ ਕਿਸੇ ਵੀ ਧਰਮ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਸੈਕਰੀਲੇਜ ਦਾ ਬਣਦਾ ਨਾ, ਬੇਅਦਬੀ ਦਾ ਕੇਸ ਬਣਦਾ, ਇਹਨਾਂ ਦਾ ਕੇਸ ਬਣਨਾ ਚਾਹੀਦਾ। ਐਡੀ ਲੁੱਟ ਪਾਰ ਕੀ ਇਨਕਲਾਬ ਜ਼ਿੰਦਾਬਾਦ ਦਾ ਤੁਸੀਂ ਕਹਿੰਦੇ ਹੋ ਕਿ ਬੇਅਦਬੀ ਦਾ ਕੇਸ ਹੱਕੀ ਹੈ ਨਹੀਂ ਸਾਹਿਬ ਜਿਹੜੇ ਇਸ ਤਰ੍ਹਾਂ ਲੁੱਟ ਕਰੀ ਜਾਂਦੇ ਹੈ। ਮੈਂ ਇਸ ਕਰਕੇ ਕਹਿ ਰਿਹਾ ਸਾਹਿਬ ਜਿਹੜਾ ਦਿੱਲੀ ਦੀ ਜਿਹੜੀ ਪਾਲਿਸੀ ਹੈ ਜਿਹੜੇ ਚਲਾਉਣ ਵਾਲੇ ਲੋਕ ਸੀਗੇ ਉੱਥੇ ਇੱਕ ਬਹੁਤ ਵੱਡੀ ਕੰਪਨੀ ਹੈ ਜਿਹਦਾ ਪੰਜਾਬ 'ਚ ਕੋਈ ਲਿਖਿਤ ਹੈਗਾ ਨਹੀਂ ਸੀ 22 ਤੋਂ ਪਹਿਲਾਂ, ਕੋਈ ਉਹਦਾ ਲੈਣਾ ਨਹੀਂ ਦੇਣਾ ਨਹੀਂ, ਉਹ ਅੰਦਰ ਜੇਲ੍ਹ 'ਚ ਬੈਠਾ ਹੈ। ਇੱਕ ਬ੍ਰੈਂਡ ਕੋ ਕੰਪਨੀ ਕਰਕੇ ਕੋਈ ਉਹਦੇ ਕੋਈ ਢੱਲ ਸਾਹਿਬ ਹੈਗੇ, ਹੁਣ ਸਿਸੋਦੀਆ ਜੀ ਤੋਂ ਪਹਿਲੇ ਜੇਲ੍ਹ 'ਚ ਬੈਠੇ ਆ ਜੀ, 1.5 ਸਾਲ ਉਹਨਾਂ ਨੂੰ ਹੋ ਗਿਆ। ਉਸ ਕੰਪਨੀ ਦਾ ਭਗਵੰਤ ਮਾਨ ਜੀ ਦੀ ਸਰਕਾਰ ਨੇ ਉਹਨਾਂ ਨੂੰ 40% ਹਿੱਸਾ ਉਹਨਾਂ ਨੂੰ ਦੇ ਰੱਖਿਆ, ਇੱਥੇ ਸਾਰਾ ਦਾਰੂ ਦਾ ਕੰਮ ਉਹ ਮਿਸਟਰ ਢੱਲ ਚਲਾ ਰਹੇ ਹੈ, ਅਤੇ ਉਹ ਪੈਸਾ ਕਿੱਥੇ ਜਾ ਰਿਹਾ ਨਰਪਿੰਦਰ ਜੀ ਤੁਸੀਂ ਦੱਸ ਦਿਓ। ਉਹਦਾ ਜੇ ਦਾਰੂ ਵੇਚਣ ਵਾਲੇ ਅਗਰ ਸ਼ਹੀਦ ਆਜ਼ਮ ਭਗਤ ਸਿੰਘ ਦਾ, ਮੈਂ ਸਮਝਦਾ ਮੈਂ ਇਸ ਤੋਂ ਵੱਡਾ ਅਪਮਾਨ ਨਹੀਂ ਕੋਈ ਹੋਊਗਾ ਵੀ ਇਹ ਜਾ ਕੇ ਖੜ ਕੇ ਉੱਥੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ, ਇਹ ਲਾਉਣ ਨਾਰਾ ਲਾਉਣ ਕੇਜਰੀਵਾਲ ਸਾਹਿਬ ਦਾ ਲਾਓ, ਸ਼ਰਾਬ ਪਾਲਿਸੀ ਦਾ ਲਾਓ, 21 ਮੌਤਾਂ ਸੰਗਰੂਰ 'ਚ ਹੋਈ ਪਈਆਂ, ਉਹਨਾਂ ਦੇ ਘਰੇ ਜਾ ਕੇ ਚੀਮਾ ਸਾਹਿਬ ਦੱਸ ਦੇਣ ਵੀ ਸਾਡੀ ਪਾਲਿਸੀ ਸਹੀ ਹੈ, 21 ਮੌਤਾਂ ਇਹਨਾਂ ਦੇ ਆਪ ਦੇ ਹਲਕੇ ਦੇ ਅੰਦਰ ਸਾਹਿਬ। ਇਲੈਕਸ਼ਨ ਕਮਿਸ਼ਨ ਨੇ ਉਹਦੇ 'ਤੇ ਰਿਪੋਰਟ ਮੰਗੀ ਹੈ ਜੀ, ਮੈਂ ਕਹਿੰਦਾ ਵੀ ਰਿਪੋਰਟ ਮੰਗਣ ਨਾ ਸਾਹਿਬ, ਇਕੱਲੀ ਕਾਰਵਾਈ ਕਰ, ਇਹ ਸਬੂਤ ਸਾਰੇ ਸਾੜ ਦੇਣਗੇ, ਕਿਉਂਕਿ ਜਿਸ ਦਿਨ ਕੇਜਰੀਵਾਲ ਸਾਹਿਬ ਦੇ ਆ ਕੇ ED ਵੜੀ ਹੈ ਉਸ ਦਿਨ ਭਗਵੰਤ ਮਾਨ ਜੀ ਦਾ ਉੱਥੇ ਜਸ਼ਨ ਮਨਾਇਆ ਜਾ ਰਿਹਾ ਸੀਗਾ, 7 ਵਜੇ ED ਪਹੁੰਚ ਗਈ ਸੀ। ਮੈਂ ਰਾਤ 12 ਵਜੇ ਤਾਈਂ ਤੁਹਾਡਾ ਚੈਨਲ ਵੀ ਦੇਖਿਆ, ਬਾਕੀ ਵੀ ਪੰਜਾਬ ਦੇ ਚੈਨਲ ਦੇਖੇ, ਕਿਤੇ ਸਵੇਰੇ ਵਾਲੇ ਚੱਲੀ ਜਾਂਦਾ ਸੀ, ਬੇੜੀ ਦਾ ਮੱਲਾ ਨਾ ਰਿਹਾ, ਗਾਣੇ ਗਾ ਰਹੇ ਸੀਗੇ, ਅਤੇ ਉਹ ਜਿਹੜੇ ਪਹਿਲਾਂ ਵੀਡੀਓ 'ਤੇ ਪਾਏ ਸੀਗੇ ਹੁਣ ਅੰਦਰ ਕਮਰੇ 'ਚ ਬੈਠੇ ਪਾਈ ਜਾਂਦੇ ਸੀ, ਬੜਾ ਖੁਸ਼ ਹੋਏ ਵੀ ਅੱਜ ਤਾਂ ਆ ਗਈ ਚੀਫ ਮਿਨਿਸਟਰੀ ਘਰੇ ਆ ਗਈ, ਬੜਾ ਸੂਤ ਆ ਗਿਆ, ਕਾਬੂ ਆ ਗਏ ਚੀਮਾ ਸਾਹਿਬ ਦੇ, ਅਤੇ ਬਾਕੀ ਜਿਹੜੇ ਸੁਪਰ ਚੀਫ ਮਿਨਿਸਟਰ ਰਾਘੂ ਚੱਡਾ ਜੀ ਵਾਲਾ ਮਕਾਨ ਜਿਹੜੇ ਹੈ ਜਾਂ ਹੋਰ ਬਾਕੀ ਜਿਹੜੇ ਕਰਿੰਦੇ ਕੇਜਰੀਵਾਲ ਸਾਹਿਬ ਦੇ ਦਿੱਲੀ ਤੋਂ ਇੱਥੇ ਬੈਠੇ ਸਰਕਾਰ ਚਲਾ ਰਹੇ ਪੰਜਾਬ ਦੀ, ਉਹਨਾਂ ਸਾਰਿਆਂ ਦੇ ਘਰੇ ਸਾਰੇ ਜਿਹੜੇ ਡਾਕੂਮੈਂਟ ਸਾੜੇ ਜਾ ਰਹੇ ਸੀ, ਸਬੂਤ ਮਿਟਾਏ ਜਾ ਰਹੇ ਸੀਗੇ। 8 ਗ੍ਰਿਫਤਾਰੀਆਂ ਸੰਗਰੂਰ ਸ਼ਰਾਬ ਮਾਮਲੇ ਦੇ ਵਿੱਚ ਹੋ ਗਈਆਂ ਨੇ, ਤਾਂ ਕਿਤੇ ਨਾ ਕਿਤੇ ਕਾਰਵਾਈ ਮੰਨਿਆ ਜਾਵੇ ਕਿ ਸਹੀ ਪਾਸੇ ਜਾ ਰਹੀ ਹੈ ਕਾਰਵਾਈ? ਨਰਪਿੰਦਰ ਜੀ ਆਪਾਂ ਲੋਕ ਭੁੱਲ ਜਾਂਦੇ ਹਾਂ, ਪਰ ਆਹ ਜਦੋਂ ਦਾ ਤੁਹਾਡਾ ਟੈਲੀਵਿਜ਼ਨ ਆਇਆ, ਵੀਡੀਓ ਆਏ ਹੈ, ਹਰੇਕ ਚੀਜ਼ ਦਾ ਪ੍ਰੂਫ ਹੈ। ਮੈਂ ਕੇਜਰੀਵਾਲ ਸਾਹਿਬ ਨੂੰ ਕੋਟ ਕਰੂੰਗਾ, ਜਦੋਂ ਤਰਨ ਤਾਰਨ 'ਚ ਤੁਸੀਂ ਯਾਦ ਹੋਵੇ ਉਦੋਂ ਡੈਥਸ ਹੋਈਆਂ, ਇਸ ਕਿਸਮ ਦੀਆਂ ਮੌਤਾਂ ਹੋਈਆਂ ਸੀਗੀਆਂ, ਉਦੋਂ ਕੇਜਰੀਵਾਲ ਸਾਹਿਬ ਦੇ ਬਿਆਨ ਸੀ ਵੀ 302 ਦਾ ਪਰਚਾ ਦਰਜ ਹੋਣਾ ਚਾਹੀਦਾ ਸਰਕਾਰ 'ਤੇ ਹੋਣਾ ਚਾਹੀਦਾ। ਅਤੇ ਹੁਣ ਮੈਂ ਕੀ ਕਹਾਂ, ਭਗਵੰਤ ਮਾਨ ਜੀ ਚੀਮਾ ਸਾਹਿਬ 'ਤੇ ਪਰਚਾ ਦਰਜ ਹੋਏ 302 ਦਾ, ਐਕਸਾਈਜ਼ ਮਿਨਿਸਟਰ ਵੀ ਹੈ, ਹੋਮ ਮਿਨਿਸਟਰ ਵੀ ਹੈ, ਦੋਨੋਂ ਹੀ ਹੈ, ਦੋਨਾਂ 'ਤੇ ਕਰ ਦਿਓ ਫਿਰ ਪਰਚੇ। ਨਹੀਂ ਸਾਹਿਬ, ਇਹਦਾ ਜਿਹੜਾ ਨਾ ਠੱਗੀ ਠੋਰੀ, ਹੁਣ ਸਮਾਂ ਆ ਗਿਆ, ਇਹਨਾਂ ਨੂੰ ਜਵਾਬ ਦੇਣਾ ਪਊਗਾ। ਤਾਂ ਇੱਕ ਸਵਾਲ ਬੜਾ ਜ਼ਰੂਰੀ ਹੈ ਜੀ, ਅਕਾਲੀ ਦਲ ਦੇ ਨਾਲ ਗੱਲਬਾਤ ਲਗਾਤਾਰ ਕਦੇ ਹੁੰਦੀ ਹੈ, ਕਦੇ ਠੰਡੀ ਪੈਂਦੀ ਹੈ, ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਹੁੰਦੀ ਹੈ, ਕੀ ਲੱਗਦਾ ਗੱਲਬਾਤ ਨੇੜੇ ਹੋ ਰਹੀ ਹੈ? ਦੇਖੋ ਇਸ ਮਸਲੇ 'ਤੇ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦਾ ਬਿਆਨ ਆਇਆ ਹੋਇਆ ਵੀ ਸਾਡੀ ਗੱਲਬਾਤ ਚੱਲ ਰਹੀ ਹੈ, 2-4 ਦਿਨ 'ਚ ਇਹਦਾ ਕੋਈ ਨਾ ਕੋਈ ਸਥਿਤੀ ਸਪਸ਼ਟ ਹੋਊਗੀ।
ਉਹਨਾਂ ਲਾਚਾਂ ਤੇ ਕੁਛ ਵੀ ਕਮੈਂਟ ਕਰਨਾ ਮੇਰਾ ਬਿਹਤਰ ਨਹੀਂ ਹੋਊਗਾ। ਅਡੀਕਲੀ ਹੁਣ ਤਾਂ ਦੋ ਦਿਨ ਤਾਂ ਹੋ ਹੀ ਗਏ ਉਸ ਗੱਲ ਨੂੰ, ਇੱਕ ਅੱਧੇ ਦਿਨ ਚ ਹੋਰ ਕੋਈ ਨਹੀਂ। ਜਿਹੜਾ ਉਧਰੋਂ ਸੁਨੇਹਾ ਆ ਰਿਹਾ ਜੀ 8-5 ਵਾਲਾ ਕਿਤੇ ਨਾ ਕਿਤੇ ਮਸਲਾ ਹੈ, ਔਰ ਦੂਜੇ ਪਾਸੇ ਉਹ ਕਹਿੰਦੇ ਕਿ ਕਿਸਾਨ ਤੇ ਬੰਦੀ ਸਿੱਖ ਜਿਹੜੇ ਨੇ, ਇਹ ਦੋ ਮਸਲੇ ਨੇ ਕਹਿੰਦੇ ਜਿੰਨਾ ਚਿਰ ਨਿਬੜਦੇ ਨੀ ਉਨੀ ਚਿਰ ਕਹਿੰਦੇ ਗੱਲਬਾਤ ਰਹਿਣੀ। ਉਹ ਪੰਜਾਬ ਦੀ ਵੀ ਗੱਲ ਕਰਦੇ, ਦੇਖੋ ਪੰਜਾਬ ਦੇ ਹਰੇਕ ਮੁੱਦੇ ਦੇ ਉੱਤੇ ਬੀਜੇਪੀ ਬਿਲਕੁਲ ਇਕਦਮ ਸਾਰੇ ਪੰਜਾਬ ਦੇ ਜਿਹੜੇ ਮੁੱਦੇ, ਅਸੀਂ ਤਾਂ ਉਹਨਾਂ ਮੁੱਦਿਆਂ ਵਾਸਤੇ ਅਸੀਂ ਲੜੀ ਜਾਂਦੇ। ਮੈਂ ਕਹਿੰਦਾ ਆਹ ਜਿਹੜਾ ਸਮਝੌਤਾ ਜੋ ਵੀ ਇਹਦਾ ਹੋਣਾ, ਆਹ ਸਮਝੌਤਾ ਸੋਚ ਦਾ ਹੋਣਾ, ਨਾ ਕਿ ਸੀਟਾਂ ਦਾ ਸਮਝੌਤਾ ਹੋਣਾ। ਕਿਸਾਨੀ ਤੇ ਬੰਦੀ ਸਿੰਘਾਂ ਦੇ ਮਸਲੇ ਤੇ ਗੱਲ ਹੋ ਸਕਦੀ? ਹਰੇਕ ਮੁੱਦੇ ਦੇ ਉੱਤੇ ਮੈਂ ਸਮਝਦਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਅਗਰ ਕੋਈ ਗੱਲਬਾਤ ਬਣੂਗੀ ਤਾਂ ਹੀ ਪੰਜਾਬ ਦਾ ਭਲਾ ਹੈ। ਬੀਜੇਪੀ ਪਾਰਟੀ ਪੰਜਾਬ ਦੇ ਭਲੇ ਵਾਸਤੇ ਖੜੀ ਹੈ, ਪੰਜਾਬ ਦਾ ਭਲਾ ਜਿਹੜੇ ਵੱਖ ਵੱਖ ਹੈ, ਜਿਹੜਾ ਇੱਥੋਂ ਬੱਚੇ ਬਾਹਰ ਜਾ ਰਹੇ ਹੈ, ਇੱਥੇ ਸਾਡਾ ਪੰਜਾਬ ਦਾ ਆਰਥਿਕਤਾ ਦਾ ਦਿਵਾਲਾ ਨਿਕਲਿਆ ਪਿਆ, ਇਹ ਸਾਰੇ ਮੁੱਦੇ ਹੈ ਸਭ, ਇਹ ਮੁੱਦੇ ਪਾਰਟੀ ਦੀ ਸਿੰਸੇਰਿਟੀ ਤੇ ਡਿਪੈਂਡ ਕਰਦਾ ਸਭ। ਗੱਲਾਂ ਤਾਂ ਸਾਰੀਆਂ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੇ ਨੇ, ਸਭ ਤੋਂ ਵੱਡੇ ਮੈਂ ਸਮਝਦਾ ਕੱਟਰ ਬੇਈਮਾਨ ਪਾਰਟੀ ਆ ਕੇ ਪੰਜਾਬ ਨੂੰ ਲੁੱਟੀ ਜਾਂਦੀ ਹੈ, ਕਹਿੰਦੇ ਅਸੀਂ ਕੱਟਰ ਇਮਾਨਦਾਰ ਹਾਂ। ਸੋ ਸਾਡੇ ਬੀਜੇਪੀ ਦੀ ਪੋਜੀਸ਼ਨ ਬਿਲਕੁਲ ਕਲੀਅਰ ਹੈ, ਅਸੀਂ ਪੰਜਾਬ ਦੀ ਬਿਹਤਰੀ ਵਾਸਤੇ ਬਿਲਕੁਲ ਡਟ ਕੇ ਖੜੇ। ਤਾਂ ਸੁਨੀਲ ਕੁਮਾਰ ਜਾਖੜ ਪੰਜਾਬ ਬੀਜੇਪੀ ਪ੍ਰਧਾਨ ਨੇ, ਔਰ ਅਕਾਲੀ ਦਲ ਦੇ ਨਾਲ ਵੀ ਕਹਿੰਦੇ ਨੇ ਕਿ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਲਗਾਤਾਰ ਜਾਰੀ ਹੈ ਔਰ ਪੰਜਾਬ ਦੇ ਮੁੱਦਿਆਂ ਤੇ ਹੀ ਗੱਲਬਾਤ ਹੋਵੇਗੀ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਹਮਲਾਵਰ ਨਜ਼ਰ ਆ ਰਹੇ ਨੇ ਸੁਨੀਲ ਕੁਮਾਰ ਜਾਖੜ, ਔਰ ਅਗਲਾ ਸੁਨੇਹਾ ਪੰਜਾਬ ਵਾਲੇ ਪਾਸੇ ਭੇਜ ਰਹੇ ਨੇ ਕਿ ਹੁਣ ਵਾਰੀ ਕਹਿੰਦੇ ਨੇ ਕਿ ਪੰਜਾਬ ਦੀ ਹੈ, ਪੰਜਾਬ 'ਚ ਵੀ ਉਹੀ ਪਾਲਿਸੀ ਉਹੀ ਸਭ ਕੁਝ, ਤਾਂ ਕਹਿੰਦੇ ਨੇ ਕਿ ਜਲਦੀ ਤੋਂ ਜਲਦੀ ਜਾਂਚ ਹੋਵੇ ਤੇ ਸੱਚ ਸਾਹਮਣੇ ਆਵੇ। ਕੀ ਬਣੇਗਾ ਕੀ ਨਿਬੜੇਗਾ ਸਮਾਂ ਦੱਸੇਗਾ। ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਪੰਚਕੂਲਾ।